हाँ जी, सत श्री अकाल जी सारिआं नूं। पिंड पंजाब दे चैनल ते तुहाडा स्वागत है। उम्मीद करदे हां जी सारे तुसीं वधिया होवोंगे, ठीक ठाक होवोंगे। लो जी, आपां बाजार जाईए ते शॉपिंग कर आईए, नाल तुहानूं लै चलदे हां। चलो शॉपिंग करवाउने आ, क्योंकि जी ब्याह करदा आ रिहा मारो मार, ते टाइम साडे कोल बहुत घट है। माड़ा मोटा बच्चिआं नूं कोई जोड़ा जुत्ती दवा दईए, ते पहलां पता नहीं सी हुंदा है ना ब्याह हैगा वी ब्याह आ जूगा अचानक ही। माड़े मोटा गा है ना, अपन ब्याह वास्ते भी कोई ना कोई चीज़ लैके रखनी चाहिए भी अचानक जे आ जाए, फिर वाली भज दौड़ नहीं करनी चाहिए। ऐ हुंदा भी कोई प्रोग्राम तो है नहीं, कोई प्रोग्राम तो है नहीं। चलो जी, बहुत टाइम बाद ब्याह आया सानू, साडे बच्चे नूं तां इन्ना ज़्यादा चा सी ब्याह दा भी मम्मा आपां नूं ब्याह ही नहीं आउंदा कोई, मम्मा आपां नूं ब्याह ही नहीं आउंदा कोई। ते आपां हुण करदे हां जी ब्याह दी तैयारी, ते फिर उस तों बाद देखदे आ जिथे जिथे लैके गए सानू नाल लैके चलांगे, ठीक है। चलो जी चलदे आपां। रिपन रुस्या पिया, रिपन मना रहे नहीं सारे जने, पहले तो कट्ठे होके जे तू भी रुस गया मैं भी रुस गई, दस फिर कौन मनाऊगा। जे आप दोवें रुस बैठे तो मनाऊ, मन गया हूँ चाह मंगा ली, ताही पहले तो क्या मैं चाह नहीं पींदा। रिपन रुसा ना कर, चार बारी चाह पी लिया करो दिन च। रुसन की वजह सौन लगे तेन भी, जे ना दसे वीडियो रुसन की वजह दस दस फिर पता लगूगी तेरा नजायज रुसा है। दस 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 पता भी लगू सारा भी नजायज रुसदा। ਤੂੰ ਤਾਂ ਰੁੱਸਿਆ ਹੋਇਆ, ਬੂਟ ਤੈਨੂੰ ਕਾਹਦੇ, ਮਿਲ ਗਿਆ ਪਾਰਸਲ ਸਾਨੂੰ, ਹੋ ਗਿਆ ਡਿਲੀਵਰ ਕਰ ਦਿੰਦੇ ਮੰਨ ਪਿਆ। ਕੀ ਫੜਾਉਣਾ ਉਹਨੂੰ? ਚਲੋ ਕੱਢ ਲਓ ਗੱਡੀ ਗੁੱਡੀ, ਤੂੰ ਲਾਓ ਖਲਾਇਆ। 40 ਤਾਂ ਹੋ ਗਏ, 4:40 6 ਵਜੇ ਆਉਂਦੀ ਟ੍ਰੇਨ ਤਾਂ। ਚਾਰ ਦੀ ਤਾਂ ਮੇਰੇ ਕੋਲ ਹੈਗਾ, ਤੂੰ ਹੁਣ ਤੈਨੂੰ ਮੈਂ ਲੌਕ ਲਾਉਣ ਨੂੰ ਕਿਹਾ। ਅਗਲੀ ਨੇ ਆਪਦਾ ਫੋਨ ਦੀ ਵੀ ਟੈਨਸ਼ਨ ਲੈਣੀ ਹੈ ਫਿਰ। ਚੱਕ ਲੈ ਤਾਂ ਸਮਾਨ ਜਿਹੜਾ ਉੱਥੇ ਫੜਾਉਣਾ, ਕੱਪੜਾ ਲੀੜਾ ਪਾ ਲਾ ਚੱਜ ਦੀ, ਚੱਜ ਦਾ ਕੀ ਪਾਏਗਾ? ਆ ਸਵੈਟ ਸ਼ਰਟ ਲੈ ਉਹਦੇ ਪਾ, ਵਾਲੀ ਮੋਟਾ ਪਾ ਲਿਆ। ਅੰਡਰੈਸ ਤੇ ਬੂਟ ਲੈ ਜਾ, ਉਹ ਬਿੱਲੀ ਬਹਿ ਜੂ ਕੁੱਤੇ, ਉਹ ਤਾਂ ਜਮਾ ਨਹੀਂ ਕੋਈ ਕੱਪੜਾ ਧਾਰਨ ਦਿੰਦੀ, ਬਿੱਲੀ ਇੰਨੀ ਖਰਾਬ ਹੈ ਜੀ ਉੱਤੇ ਬਹਿ ਜਾਂਦੀ ਉਹਦੀ। ਇੱਕ ਮੋਟਰਸਾਈਕਲ ਤੇ ਸਕੂਟੀ ਚੱਕ ਲੈਂਦੇ ਹੋਰ, ਮੈਨੂੰ ਤਾਂ ਆਪਾਂ ਹੀ ਲੱਗਦਾ ਗਲੀਆਂ ਤਾਂ 100 ਚ ਖੜਨਾ। ਹੋਰ ਡੈਡ ਨੂੰ ਕਹੋ ਸੁੱਕੀ ਠੰਡ ਬਹੁਤ ਕਰ ਦਿੰਦੇ। ਐ ਤਾਂ ਕੁਛ ਸੋਚਿਆ ਹੋਊਗਾ ਵੀ ਕੀ ਪਾਉਣਾ ਹੈ, ਬਸ ਤੁਸੀਂ ਦਵਾਉਂਗੇ, ਕੁਛ ਵੀ ਨਹੀਂ ਸੋਚਿਆ। ਮੈਂ ਵੀਰ ਦਵਾਉਂਗਾ ਮੈਂ ਦੱਸ ਸਕਦਾ। ਇਹਦੇ ਵਿੱਚ ਹੈ ਗਰਮੀ ਸਰਦੀ ਦਾ ਦੋਨੋਂ ਟਾਈਮ ਹੈ, ਜੇ ਦਿਨ ਦੇ ਵਿੱਚ ਫਿਰ ਸਲੀਪ ਦੀ ਲੋੜ ਹੁੰਦੀ ਹੈ, ਰਾਤ ਦਾ ਫਿਰ ਆਪਾਂ ਲਾ ਲਓ। ਇਹ ਨਾ ਠੰਡ ਕਰ ਰਿਹਾ ਤਾਂ, ਹਾਂ ਇਹ ਠੀਕ ਹੈ ਜੀ। ਸਹੀ ਗੱਲ ਹੈ, 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 ਸਹੀ ਗੱਲ
ਸਲੀਵ ਤੇ ਲਾਦਾ ਵੀ ਜਦੀ ਮੈਚ ਕਰਦਾ ਹੈ ਜੇ ਬੱਚਾ ਵਿਆਹ ਤੇ ਵਗ ਜਾਂਦਾ ਨਹੀਂ ਉਹਨੂੰ ਵੀ ਗਰਮੀ ਲੱਗੀ ਜਾਂਦੀ ਹੈ ਉਹ ਖੇਡਦਾ ਰਹਿੰਦਾ ਹੈ ਗਰਮੀ ਲੱਗੀ ਬਸ ਵੱਡਾ ਬੰਦਾ ਬਣ ਜਾਂਦਾ ਜੀ ਚੇਅਰ ਤੇ ਬੱਚੇ ਖੇਡਦੇ ਰਹਿੰਦੇ ਨੇ ਨਵਾਂ ਕਪੜਾ ਆਇਆ ਪੁੱਤ ਕੋਈ ਨਹੀਂ ਦੇਖੂ ਉਹ ਹੋਰੀ ਲੱਗ ਗਈ ਓਏ ਬਲੀ ਇੱਥੇ ਖੰਡ ਨਹੀਂ ਲੱਗਣੀ ਕਿੰਨੀਆਂ ਲੇਅਰਾਂ ਨੇ ਉਹ ਮੈਰੂਨ ਥੋੜੇ ਰੈੱਡ ਸ਼ੇਡ ਜੀ ਤੇ ਆ ਜਾਂਦਾ ਪੁੱਤ ਪਿੰਕੀ ਪਿੰਕ ਸੂਟ ਵਿੱਚ ਲੱਗਦੀ ਬੜੀ ਪਿਆਰੀ ਹੈ ਹਲੇ ਪਾਰਨਰ ਹੋਰ ਵੀ ਰਾਉਂਡ ਹੋ ਜਾਣਗੇ ਜੀ ਤੁਹਾਡੇ ਬਾਕਸ ਮਾਸ਼ੀ ਨਮਸਕਾਰ ਜੀ ਇੱਕ ਵਾਰ ਸੇ ਝੋਲੀ ਨਾਲ ਵੀ ਦਿਖਾ ਦੇ ਝੋਲੀ ਨਹੀਂ ਝੋਲੀ ਝੋਲੀ ਲਹਿੰਗਾ ਝੋਲੀ ਕੋਈ ਨਹੀਂ ਪੁੱਤ ਕੋਈ ਨਹੀਂ ਦਿਖਾ ਦਾਂਗੇ ਝੋਲੀ ਪਹਿਲਾਂ ਉਹ ਹੱਸ ਕੇ ਹੱਲੇ ਸੁਲਤਾਨ ਉੱਥੇ ਵੀ ਕਹਿੰਦੀ ਝੋਲੀ ਪਤਾ ਨਹੀਂ ਕੀ ਲਹਿੰਗਾ ਪੰਜਾਬੀ ਨਹੀਂ ਆਉਂਦੀ ਤੈਨੂੰ ਬੋਲਣੀ ਕੋਈ ਨਹੀਂ ਕੋਈ ਕੀ ਬਣੂਗਾ ਯਾਰ ਅੰਗਰੇਜ਼ੀ ਸਕੂਲਾਂ 'ਚ ਪੜਾ ਕੇ ਜਵਾਕਾਂ ਨੂੰ ਪੁੱਟੀਆਂ ਕਰ ਲਈ ਹੁਣ ਨੌਕਰੀ ਇਹ ਪੰਜਾਬੀ ਵਾਲੇ ਨੂੰ ਮਿਲਦੀ ਆ ਪੰਜਾਬ 'ਚ ਤਾਂ ਇਹਨੂੰ ਪੰਜਾਬੀ ਆਉਂਦੀ ਹੈ ਨਹੀਂ ਚਾਹੀਦਾ ਵੀ ਹੈ ਜੀ ਹਾਂ ਗਵਰਨਮੈਂਟ ਨੂੰ ਸਿੱਧੀ ਬਾਹਰ ਫਲਫੀ ਫਲਫੀ ਹਾਂ ਮੈਂ ਵੀ ਕਹਿਣੀ ਮੈਂ ਤਾਂ ਹੀ ਕਹਿਣੀ ਮੈਂ ਦੂਸਰੇ ਦਿਖਾ ਦੋ ਉਹ ਵੀ ਦਿਖਾ ਦਾਂਗੇ ਉਹਦੇ ਚ ਕਲਰ ਹੋਰ ਮਿਲ ਜਾਣਗੇ ਇਹਦੇ 'ਚ ਵੀ ਮਿਲ ਜਾਣਗੇ ਆ ਵੀ ਪੀਸ ਸੋਹਣਾ ਸੀ ਫਸਟ ਵਾਲਾ ਜੀ ਫਸਟ ਵਾਲਾ ਸੋਹਣਾ ਲੱਗਿਆ ਮੈਨੂੰ ਕਾਫੀ ਸੋਹਣਾ ਪੀਸ ਹੈ ਥੱਲੋਂ ਦੀ ਫਿਰ ਤੈਨੂੰ ਕੀ ਇਸਕੀ ਵੀ ਕੋਈ ਪਾਉਣੀ ਪਊ ਕੋਈ ਆ ਆਫ ਵਾਈਟ ਲਾ ਲਿਓ ਬਲੈਕ ਲਾ ਲਓ ਆਫ ਵਾਈਟ ਲਾ ਲਓ ਆ ਦੇਖੋ ਐਵੇਂ ਦਾ ਕੁਝ ਹਾਂ ਫਲਫੀ ਜਿਹਾ ਸਿਲਕ ਸੁਲਕ ਜਿਹਾ ਸੀ ਦਿਖਾ ਦੋ ਕੁਛ ਹਾਂ ਦਿਖਾ ਦਨੇ ਜੀ ਹੋਰ ਦਿਖਾ ਦੋ ਬੱਲੀ ਦਾ ਹਾਂ ਕਿਵੇਂ ਹੈ ਤੇਰਾ ਦੁਪੱਟਾ ਜੀ ਪਿੱਛੇ ਨੂੰ ਵਰਦਾ ਇਹ ਦੋ ਹਾਂ ਮੈਨੂੰ ਨਹੀਂ ਲੱਗ ਰਿਹਾ ਇੱਕ ਰੱਸੀ ਦਾ ਲੜੋ ਹਾਂ ਹਾਂ ਲੈ ਬੇਟਾ ਇਹਨਾਂ ਨੂੰ ਇੱਧਰ ਕਰ ਦੇ ਜਿਹੜਾ ਨਹੀਂ ਇੱਕ ਵਾਰੀ ਬਸ ਹੁਣ 2 ਮਿੰਟ ਦਾ ਹੀ ਰਹਿ ਗਿਆ ਓਏ कलर भी नवा ਬੜਿਆ ਥੋੜਾ ਆਊਟ ਲੱਗਦਾ ਹੋਰ ਰੰਗ ਦੇ ਦੋ ਲਹਿੰਗਾ ਇਸ ਤਰ੍ਹਾਂ ਦੇ ਦੋ ਵਰਕ ਵਾਲਾ ਚੋਲੀ ਤਾਂ ਉਹੇ ਦੀ ਬਣੂਗੀ ਇਹਦੇ ਨਾਲ ਦੀ ਬਣੂਗੀ ਕੰਬੀਨੇਸ਼ਨ ਅੰਮੀ ਆ ਦੇਖੋ ਤੁਹਾਨੂੰ ਵੀ ਲੱਗਿਆ ਹੀ ਕੋਈ ਜਿਹੜੀ ਦੇਖੋ ਕਾਫੀ ਸਾਜੀ ਗੱਲ ਨਹੀਂ ਹੈਗੀ ਸੋਹਣਾ ਰੰਗ ਹੈ ਜੀ ਕੰਦੀ ਇਹ ਲਾਈਟਾ ਕਰਕੇ ਲੱਗ ਰਹੀ ਯੈਲੋ ਲਾਈਟ ਕਰਕੇ ਜ਼ਿਆਦਾ ਅੱਖਾਂ 'ਚ ਪੈ ਰਿਹਾ ਓਏ ਜਿਆ ਸੋਹਣਾ ਸੋਹਣਾ ਤਾਂ ਖੜਨੇ ਇਹਦਾ ਪੜ ਜਾਣਗੇ ਹਾਂ ਆ ਕੰਬੀਨੇਸ਼ਨ ਜਿਆ ਫਿਰ ਆ ਦੇਖੋ ਜੀ ਆ ਵੀ ਬਹੁਤ ਸੋਹਣਾ ਬਣਿਆ ਜੀ ਗ੍ਰੇ ਨਾਲ ਬਗੈਰ ਬਾਹਾਂ ਨਹੀਂ ਟਰਾਈ ਕਰਕੇ ਦੇਖ ਲੈ ਤੈਨੂੰ ਉਹਨਾਂ ਚ ਵਧੀਆ ਲੱਗਦਾ ਵੀ ਆਹ ਮੈਂ ਮੈਨੂੰ ਤੈਨੂੰ ਐਂ ਲੱਗਦਾ ਜਿਹੜਾ ਪਹਿਲਾਂ ਸਾਰੀਆਂ ਖਿਲਾ ਲੋ ਫਿਰ ਜਿਹੜੀ ਪਸੰਦ ਹੋਈ ਉਹ ਲੈ ਲਿਓ ਹਾਂ ਉਹ ਆ ਦੋ ਕੰਮ ਕਰੂਗੇ ਇਹ ਸਵੈਟ ਦੀ ਲੈ ਕੇ ਵਗੈਰਾ ਉਹ ਸੋਹਣਾ ਲੱਗਣ ਜਾਈ ਜੀ ਉੱਪਰ ਪਏਗਾ ਇਹਦਾ ਹਰਾ
बहुत सोहना पीस खोल के कोट वांगू लगे लो जी आप उतो शॉपिंग करने तो बाद आ गए इतने इतने आप ले लिए चूड़िया चाड़िया बाली छोटी चूड़ी आनी है मरवीर के बालियां पतलियां बाहां ये मैं ना कुछ खांदी हुई नहीं हुंदी ये जियां बाहां नहीं वीडियो ही कितनी सोहनी ਕੱਡੀ ਕਿਉਂ ਦੇਖਾਂ ਇਸ ਤੋਂ ਛੋਟੀ ਤਾਂ ਨਹੀਂ ਫਿਰ ਇੱਧਰ ਰਾਈਟ ਹੱਥ ਚ ਨਹੀਂ ਆਉਣੀ ਰਾਈਟ ਹੱਥ ਰਾਈਟ ਹੈਂਡ ਰਾਈਟ ਹੈਂਡ ਦਰਜੀ ਨਹੀਂ ਚਾਹੀਦੀ ਹੋਣੀ ਆਪਾਂ ਨੂੰ ਜ਼ਿਆਦਾ 12 ਤਾਂ ਥੋੜੀਆਂ ਹੀ ਹੋ ਜਾਣੀਆਂ ਕਿੰਨੀਆਂ ਹੋ ਜਾਣੀਆਂ 12 ਦਿਖਾਓ ਦੋਨਾਂ ਹੱਥਾਂ 'ਚ ਪਾਏਂਗੇ 12 ਦਰਜੀ ਨਹੀਂ ਇਹ ਦੋ ਦਰਜਣਾਂ ਦਾ ਪੀੜੀਆਂ ਦੇ ਦਿਓ बाकी तेरे को गोल्डन होनी है हाँ जी हाँ गोल्डन मेरे को बात होनी है हाँ वो मैचिंग कर ली नहीं मेरे को राजी मैं कर दूँगा कोई गल नहीं बड़ा लूँगी सेट है तो हो जाएगा जी हाँ हाँ तो ही बस कोई गल नहीं कर दूँ बस दो दर्जना वो एक गुलाबी कर दो जी 12 चूड़ियाँ 12 फ्रोजी हो गई दूजिया 24 हो गई ऐवें कर ਸੋਹਣੀ ਲੱਗ ਰਹੀ ਨੇ ਵੀਡੀਓ ਜੀ ਸੋਹਣੀ ਆ ਰਹੀ ਹੈ ਉਹਨੇ ਸੋਹਣੀ ਨਾ ਨਾ ਬਸ ਇਹ ਗੋਲਡ ਰੱਖ ਪਾਉਣੀ ਉਹ ਗੋਲਡਨ ਪਾ ਲਈ ਠੀਕ ਹੈ ਗੋਲਡਨ ਨਾ ਨਾ ਮੇਰੇ ਕੋਲ ਉਹ ਪੈਣੀ ਕੁੰਗਰੂ ਵਾਲੇ ਉਹ ਖਰਾਬ ਹੋ ਜਾਂਦੇ ਆਪਣੇ ਸੂਟ ਖਰਾਬ ਹੋ ਜਾਂਦੇ ਗੋਲਡ ਉਹਦੇ ਚ ਬੈਠ ਨਾ ਮੇਰੇ ਕੋਲ ਕੁੰਗਰੂ ਨੇ ਬਸ ਠੀਕ ਮੇਰੇ ਕੋਲ ਪਿਸਟਿਕ ਰਸਟ ਹੈ ਤਾਂ ਹੈਗੀ ਆ ਉਹ ਥੋੜੀ ਜਿਹੀ ਲਾਈਟ ਹੈ ਉਸ ਤੋਂ ਇੱਕ ਸ਼ੌਪ ਦੇ ਦੋ ਸ਼ੌਪ ਮਨਵੀਰ ਇੱਕ ਰੰਗ ਵੀ ਮਿਲ ਰਿਹਾ ਮੇਰੇ ਸੂਟ ਨਾਲ ਦਾ लोटन ਟ੍ਰੈਡੀਸ਼ਨਲ ਗਹਿਣਾ ਉਹ ਤਾਂ ਆਪਣਾ ਉਹਦੇ ਬਿਨਾਂ ਤਾਂ ਵਿਆਹ ਹੀ ਨਹੀਂ ਕੰਪਲੀਟ ਹੁੰਦਾ ਉਹ ਤਾਂ ਠੀਕ ਹੈ ਪਰ ਉਹ ਇਹਨਾਂ ਹੁਣ ਸ਼ੁੱਕਰਵਾਰ ਨੂੰ ਤਾਂ ਅਸੀਂ ਜਾਣਾ ਅਸੀਂ ਜਾਣਾ ਹੀ ਵਿਆਹ ਤੇ ਆ ਦੋ ਦਿਨ ਝੂਟ ਦਾ ਕੋਈ ਫਾਇਦਾ ਨਹੀਂ ਆ ਸ਼ੇਡ ਦੇ ਦੇ ਸਾਹੀ ਦੇ ਰੇਟ ਹੈ ਆਰ ਐਨ ਐਸ ਕੀ ਕਹਿੰਦੇ ਸੋਹਣੇ ਤਾਂ ਬੋਲ ਲੱਗ ਰਹੇ ਆ ਲਓ ਉਹ ਫਿਰ ਪਹਿਲੇ ਹੀ ਲਾਉਣਾ ਸੀ ਇਹ ਤੂੰ ਇਕੱਲੇ ਹੀ ਪਾ ਲੈ सोहना तो बहुत लग रहा मुंह कर पैलस च लाना शीशा लाइट दे देना
ਕੋਈ ਗੱਲ ਮੈਨੂੰ ਆ ਚੀਜ਼ ਨਹੀਂ ਬੜੀ ਲੱਗਦੀ ਜਿਹੜੇ ਆਪ ਤੰਗੇ ਹੁੰਦੇ ਨੇ ਘੁੰਗਰੂਆਂ ਘੁੰਗਰੂਆਂ ਜਿਹੜੀਆਂ ਨਹੀਂ ਹੈਗੀਆਂ ਤਾਂ ਪਹਿਲਾਂ ਪਾ ਮੈਂ ਦੋ ਦਿਨਾਂ ਵਾਲੀਆਂ ਟਰੱਕਾਂ ਵਾਲੀਆਂ ਡੋਰੀਆਂ ਹੀ ਲੱਗਦੀਆਂ ਨੇ ਜਿਵੇਂ ਟਰੱਕਾਂ ਦੇ ਹੁੰਦੀਆਂ ਨੇ ਅੱਲਾ ਸੱਜਰੀ ਵਾਲੀ ਇਸ ਚਿਪਕਾ ਲਈ ਫਿਰ ਪਰਾਂਦੀ ਪੈ ਜੂਗੀ ਹਾਂ ਇਹਦੇ ਵਿੱਚ ਪੈ ਜਾਣੀ ਬਾਅਦ ਚ ਠੀਕ ਹੈ ਉਹ ਨਿਕਲ ਜਾਂਦੇ ਨੇ ਉਹ ਨਹੀਂ ਹੈ ਛਣਕਣ ਜੀ ਵਾਲੀ ਕੋਈ ਘੁੰਗਰੂ ਸਾਰੇ ਹੀ ਆਪੀਆਂ ਸਾਰੀਆਂ ਸਾਰੇ ਹੀ ਆਪੀਆਂ ਨੇ ਦੇਖ ਕਾਲੀਆਂ ਰਬੜਾ ਹੈਗੀਆਂ ਨੇ ਇਹ ਕਾਲੀਆਂ ਰਬੜਾ ਪਾ ਕੇ ਨਾ ਉਹਦੇ ਵਿੱਚ ਐ ਖੜਾ ਹੁੰਦੇ ਨਾ ਕਾਲੇ ਰਬੜੇ ਤੇ ਗੱਲ ਕਰੋ ਉਹਦੇ ਉਹ ਮਖਾਣੇ ਜੇ ਖੁੱਲੇ ਜਾਂਦੇ ਨੇ ਨਾ ਉਹ ਪਰਾਂਦੀ ਦੇ ਆਏ ਪੰਗਦਾ ਹਾਂ ਦੱਸੋ ਹੁਣ ਕੀ ਕਰਨਾ ਮੈਂ ਵਿੱਚ ਖੜਾ ਨਾ ਇਹ ਪਸੰਦ ਕਰਦਾ ਮੈਂ ਤਾਂ ਵੱਡੀਆਂ ਵਾਲੀਆਂ ਲੱਗਦੀ ਨੇ ਤੂੰ ਸਮਝਦੀ ਤਾਂ ਹੈ ਨਹੀਂ ਵੀ ਉਹ ਟਰੱਕਾਂ ਵਾਲੀਆਂ ਡੋਰੀਆਂ ਨਹੀਂ ਨੇ ਸੋਹਣੀ ਨਹੀਂ ਫਿਰ ਇਹ ਚ ਪਸੰਦ ਕਰ ਲੋ ਕੋਈ ਫਿਰ ਉਹ ਲਫ ਲਫ ਕਰਦੀ ਫਿਰੂਗੀ ਅੱਗੇ ਗਰਮੀਆਂ 'ਚ ਬਿਨਾਂ ਜਰਾਬਾਂ ਤੋਂ ਵੀ ਬੈਠ ਕੇ ਦੇਖ ਬੇਟਾ ਤੁਰਕੇ ਲਗਾ ਸਹੀ ਹੈ ਸੌਫਟ ਵੀ ਬਹੁਤ ਹੈ ਨਾਲੇ ਪਾਰਟੀ ਵੀ ਦੇਖੋ ਉਂਗਲ ਤਾਂ ਨਹੀਂ ਘੁੱਟਦੀ ਵੀ ਉਹ ਤਾਂ ਨਹੀਂ ਪੈ ਉਂਗਲਾਂ ਤਾਂ ਹੁੰਦਾ ਹੈ ਪੈਰ ਤਾਂ ਨਹੀਂ ਇਹ ਕੰਫਰਟੇਬਲ ਹੈ ਇਹ ਤਾਂ ਬਹੁਤ ਜ਼ਿਆਦਾ ਭੱਜ ਕੇ ਦੇਖ ਕੇ ਉਧਰ ਭੱਜ ਕੇ ਭੱਜ ਨਹੀਂ ਤੋ ਭੱਜ ਗਿਆ ਭੱਜ ਕੇ ਬਾਕੀ ਬਾਕੀ ਅਸੀਂ ਕਾ ਗਰੀ ਅਸੀਂ ਕਾ ਹੋਰ ਵੀ ਕੋਈ ਹਾਂਜੀ ਹਾਂ ਵਧੀਆ ਸਸੀ ਕਾ ਜੀ ਬੈਲੀ ਬਹੁਤ ਸੀ ਕੰਫਰਟੇਬਲ ਠੀਕ ਹੈ ਕੱਢ ਦੋ ਚਲੋ ਆ ਬੇਟੇ ਨੂੰ ਹੁੱਟ ਜਾ ਤੂੰ ਜਾ ਉੱਥੇ ਨਾ ਲਾ ਲੂ ਮੇਰੇ ਕੋਟ ਪੈਂਟ ਪਾਉਂਗੀ ਨਾ ਪਾਉਂਗਾ ਤਾਂ ਮੇਰੀ ਸਕਰਟ ਸ਼ਰਟ ਆ ਮਗਰੇ ਨੂੰ ਪੈਂਟ ਪੈਂਟ ਫਾਰਮਲ ਨਹੀਂ ਪਾਉਂਗਾ ਦੋ ਰਹਿ ਚੰਗਾ ਵਾਲੀ ਕੀ ਆਵਨ ਬੜੇ ਸੋਹਣਾ ਜਿਹੜੇ ਉਹ ਕੀਤੇ ਆ ਤਾਂ ਦੇਖੀ ਕਿਹੜੇ ਤੇਰੇ ਪਤਾ ਨਹੀਂ ਹੈ ਵਿਆਹ ਚ ਆਇਆ ਤੁਸੀਂ ਪੈਂਟ ਸਪੋਰਟਸ ਤੋਂ ਹੋਰ ਬੂਟ ਤਾਂ ਇੰਨੇ ਪੈਣੇ ਜਿਹੜੇ ਲੱਗੇ ਸਪੋਰਟਸ ਸ਼ੂਜ਼ ਜਿਹੜੇ ਤੇ ਫੇਰ ਦੇ ਸਪੋਰਟਸ ਸ਼ੂਜ਼ ਲੈ ਲੱਗ ਗਿਆ ਕਾਲੇ ਜਿਹੜੇ ਤੁਸੀਂ ਹੁਣ ਲੈ ਕੇ ਗਏ ਤੇ ਕਿੰਨੇ ਕਾ ਮਹੀਨੇ ਹੋਏ ਡੇਢ ਮਹੀਨਾ ਨਹੀਂ ਹੋਇਆ ਤੋ ਕਿਸ ਨੇ ਸੋਹਣੇ ਹੋ ਉਹ ਕਰੇ ਵਾਲਾ ਤੁਰੀਆ ਪਾ ਲੇਗੇ ਵਿਆਹ ਤੋਂ ਹੋ ਜਾਊਗੀ ਪਾ ਲੈ ਲੈ ਮਿੰਦੀ ਫਿਰ ਉਹਦੇ ਨਾਲ ਦੀ ਲਾਈਆਂ ਹੁਣ ਕਿਹੜਾ ਹੋਰ ਹਾਂ ਜਦ ਅੱਡ ਲੈ ਚੱਲ ਲੈ ਅੱਡ ਲੈਣਾ ਆਹ ਸੋ ਜੀ ਓਕੇ ਲਓ ਜੀ ਸ਼ੋਪਿੰਗ ਆਪਣੀ ਹੋ ਗਈ ਆ ਕੰਪਲੀਟ ਜਿਹੜਾ ਕੁਛ ਲੈਣਾ ਸੀ ਜੀ ਲੈ ਲਿਆ ਟਾਈਮ ਹੈ ਜਿਹੜਾ 7:45 ਦਾ ਹੋ ਗਿਆ ਆਪਾਂ ਉਸੇ ਚੱਲੇ ਸੀਗੇ 5 ਵਜੇ ਘਰ ਤੋਂ 5:15 ਹੋ ਗਏ ਸੀ ਘਰੋਂ ਚੱਲਣ ਲੱਗੇ ਅਤੇ ਮਾੜੇ ਮਾੜੇ ਨਾਲ ਕਵੇੜਾ ਹੋ ਜਾਂਦਾ ਜਿਹਦੇ ਨੇ ਪਹਿਲਾਂ ਬਹੁਤ ਸਾਰੇ ਕੰਮ ਕਰੇ ਨੇ ਵਧੀਆ ਰਹੇ ਗੱਡੀ ਲੈ ਆਏ ਅਤੇ ਨਹੀਂ ਠੰਡ ਹੈ ਜਿਹੜੀ ਬਹੁਤ ਜ਼ਿਆਦਾ ਹੋ ਗਈ ਸੁੱਕੀ ਠੰਡ ਪੈਣੀ ਸ਼ੁਰੂ ਹੋ ਗਈ ਜੀ ਹੁਣ ਕੋਹਰਾ ਪਊਗਾ ਸਵੇਰੇ ਵੀ ਬਹੁਤ ਠੰਡ ਸੀ ਉਂਝ ਧੁੱਪ ਦੇ ਨੇ ਰਹੀ ਪਰ ਸ਼ਾਮ ਨੂੰ ਫਿਰ ਠੰਡ ਹੋ ਗਈ ਜ਼ਿਆਦਾ ਕੋਹਰਾ ਪੈਣਾ ਸ਼ੁਰੂ ਹੋ ਗਿਆ ਹੁਣ ਇਹ ਠੰਡ ਦੀ ਤੁਸੀਂ ਕਦੇ ਵੀ ਹੁਣ ਗੱਲ ਹੀ ਨਾ ਵਰਤਿਓ ਵੀ ਹੈ ਨਾ ਠੰਡ ਨਹੀਂ ਧੁੱਪ ਹੈ ਧੁੱਪ ਹੈ ਠੰਡ ਬਹੁਤ ਲੱਗ ਜਾਂਦੀ ਹੈ ਨਾ ਜਦੋਂ ਬਹੁਤ ਤੰਗ ਕਰਦੀ ਆ ਚਲੋ ਜੀ ਜਿਹੜਾ ਸਮਾਨ ਸੀ ਆਪਾਂ ਲੈ ਲਿਆ ਅਤੇ ਆਪਾਂ ਚੱਲਦੇ ਹਾਂ ਘਰ ਜਾ ਕੇ ਮੱਝਾਂ ਮੁੱਝਾਂ ਅੰਦਰ ਬੰਨ ਦਿਆਂਗੇ ਸਾਡੇ ਥੱਲੀ ਖੜੀਆਂ ਨੇ ਗਾਹਾਂ ਅੱਗੇ ਬਰਾਂਡੇ 'ਚ ਕਰਨੀਆਂ ਨੇ ਠੀਕ ਹੈ ਜੀ ਅੱਜ ਵਾਲੇ ਵਲੋਗ ਦੇ ਐਂਡ ਇੱਥੇ ਕਰਦੇ ਹਾਂ ਅਤੇ ਕੱਲ੍ਹ ਨੂੰ ਆਪਾਂ ਵਲੋਗ ਵਿੱਚ ਦਿਖਾਉਂਦੇ ਹਾਂ ਵੀ ਕੀ ਕੁਛ ਲੈ ਕੇ ਆਏਗੇ ਅਤੇ ਕਿੰਨਾ ਕੁ ਕੀ ਰੇਟ ਹੈ ਅਤੇ ਛੋਟੇ ਛੋਟੇ ਸਮਾਨ 'ਤੇ ਵੀ ਕਾਫੀ ਪੈਸਾ ਲੱਗ ਜਾਂਦਾ ਠੀਕ ਹੈ ਜੀ ਕੱਲ੍ਹ ਨੂੰ ਫਿਰ ਨਵੇਂ ਵਲੋਗ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ।